ਪਹਿਲੀ ਵਾਰ ਆਏ ਸੀਗੇ, ਥੋੜ੍ਹੇ ਘਰਦੇ ਹਾਲਾਤ ਸੀਗੇ, ਲੇਕਿਨ ਮੈਂ ਆਪਣੇ ਕਜ਼ਨ ਨੂੰ ਇਹ ਕਹਿ ਰਿਹਾ ਵੀ ਅਸੀਂ ਇਸ ਕੰਮ ਕਰ ਰਹੇ ਹਾਂ, ਤੁਸੀਂ ਨਾ ਦਿਓ ਵੀ ਕੋਈ, ਅਸੀਂ ਕੋਈ ਪੈਸੇਂਜਰ ਨਹੀਂ, ਸਿਰਫ ਸਾਨੂੰ 800 ਰੁਪਏ ਦਿੰਦੇ ਹਨ ਮਾਲ, ਉਹ ਵੀ ਵਾਪਸੀ ਉੱਥੇ ਹੀ ਮਿਲ ਜਾਣ ਜਿੱਥੇ ਅਸੀਂ ਮਾਲ ਚੱਕ ਕੇ ਲਿਆਉਂਦੇ ਹਾਂ। ਵੀ ਅੱਗੇ ਤੋਂ ਅਸੀਂ ਤਾਂ ਚੱਲ ਫਸ ਗਏ ਹਾਂ, ਥੋੜ੍ਹੇ 4 ਰੁਪਏ ਜ਼ਿਆਦਾ ਕਰਕੇ ਤੁਸੀਂ ਨਾ ਪੜ੍ਹਿਆ ਲਿਖਿਆ ਕਿੰਨਾ ਪੜ੍ਹਿਆ ਬੈਗ ਦੇ ਵਿੱਚੋਂ ਤਕਰੀਬਨ 13,800 ਗੋਲੀ ਹੈ, 30 ਸ਼ੀਸ਼ੀਆਂ ਨੇ, ਨਸ਼ੀਲੀਆਂ ਸ਼ੀਸ਼ੀਆਂ ਨੇ, ਮਤਲਬ ਕਿ ਦੂਜਾ ਗੇੜਾ ਲਾ ਕੇ ਚੱਲੇ ਤੇ ਅਤੇ ਇਹ ਮਤਲਬ ਕਿ ਇਹਨਾਂ ਦਾ ਤਰੀਕਾ ਵਾਰਦਾਤ ਇਹ ਹੈ, ਮਤਲਬ ਕਿ ਨਾ ਇਹਨਾਂ ਨੂੰ ਪਤਾ ਬੰਦਾ ਕੌਣ ਹੈ, ਸਿਰਫ ਟੈਲੀਫੋਨਾਂ ਦੀ ਗੱਲਾਂ ਹੁੰਦੀਆਂ ਨੇ। ਸੰਗਰੂਰ ਦੇ ਦਿੜਬਾ ਪੁਲਿਸ ਨੇ 13,000 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਨੋਂ ਆਰੋਪੀ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਇਹ ਦੋਵੇਂ ਮੋਬਾਈਲ ਜ਼ਰੀਏ ਕਿਸੇ ਦੇ ਸੰਪਰਕ ਵਿੱਚ ਆ ਕੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਫੜੇ ਗਏ ਆਰੋਪੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਕੀ ਨਾਂ ਹੈ, ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਹੋ, ਕੀ ਕਿੰਨੀਆਂ ਗੋਲੀਆਂ ਵੇਚੀਆਂ ਨੇ, ਕੀ ਗੱਲਬਾਤ ਹੈ, ਪੂਰੀ ਗੱਲ ਦੱਸੋ। ਨਾਂ ਜੀ ਸਰਬਜੀਤ ਸਿੰਘ, ਪਰ ਪਹਿਲੀ ਵਾਰ ਆਏ ਸੀਗੇ, ਥੋੜ੍ਹੇ ਘਰਦੇ ਹਾਲਾਤ ਸੀਗੇ, ਲੇਕਿਨ ਮੈਂ ਅੱਗੇ ਕਜ਼ਨ ਨੂੰ ਇਹ ਕਹਿ ਰਿਹਾ ਵੀ ਅਸੀਂ ਇਸ ਕੰਮ ਵਿੱਚ ਪੈ ਗਏ, ਤੁਸੀਂ ਨਾ ਦਿਓ, ਆਪਣੀ ਮਜਬੂਰੀਆਂ ਨੇ, ਕੋਈ ਗੱਲ ਨਹੀਂ, ਆਪਣੀ ਮਿਹਨਤ ਨਾ ਕਰਕੇ। ਕਿੱਥੋਂ ਲਿਆਉਂਦੇ ਸੀਗੇ ਇਹ? ਸਾਨੂੰ ਮੰਨ ਲਓ ਜਿਵੇਂ ਕੋਈ ਦਿੰਦਾ ਸੀ ਨਾ, ਮੰਨ ਲਓ ਜਿਵੇਂ ਹੁਣ ਅਸੀਂ ਕਿਸੇ ਨਾਲ ਗੱਲ ਪਾਉਣਾ ਆਇਆ ਸੀ ਸਾਡੇ ਕੋਲ, ਉਹਨੇ ਜਗ੍ਹਾ ਦੱਸੀ ਕਿ ਉਹ ਜਗ੍ਹਾ 'ਤੇ ਮਾਲ ਪਿਆ, ਪਰ ਅੱਗੇ ਜਾ ਕੇ ਤੁਹਾਨੂੰ ਫੋਨ ਆ ਜਾਏਗਾ, ਤੁਸੀਂ ਉੱਥੇ ਮਾਲ ਰੱਖਿਆ ਹੋ, ਪਰ ਤੁਹਾਨੂੰ ਵਾਪਸੀ ਇੱਥੇ ਨਹੀਂ ਆਉਣਾ। ਕਿੰਨੇ ਦਾ ਤੁਸੀਂ ਮਾਲ ਲੈਂਦੇ ਸੀ, ਉਹ ਅੱਗੇ ਕਿੰਨੇ ਦਾ ਵਿਕਦਾ ਸੀ? ਅਸੀਂ ਕੋਈ ਪੈਸੇਂਜਰ ਨਹੀਂ, ਸਿਰਫ ਸਾਨੂੰ 800 ਰੁਪਏ ਦਿੰਦੇ ਹਨ ਮਾਲ ਪਹੁੰਚਾਉਣ ਦੇ। ਤੁਹਾਨੂੰ ਸਿਰਫ ਮਾਲ ਸਪਲਾਈ ਕਰਨ ਦੇ ਹੀ ਪੈਸੇ ਦਿੱਤੇ? ਹਾਂਜੀ, 800 ਰੁਪਏ, ਉਹ ਵੀ ਵਾਪਸੀ ਉੱਥੇ ਹੀ ਮਿਲ ਜਾਣ ਜਿੱਥੇ ਅਸੀਂ ਮਾਲ ਚੱਕ ਕੇ ਲਿਆਉਂਦੇ ਹਾਂ। ਕਿੱਥੇ ਦੇ ਬੰਦੇ ਸੀ ਉਹ? ਇਹ ਪਤਾ ਨਹੀਂ ਜੀ, ਸਿਰਫ ਤੁਹਾਡੀ ਫੋਨ 'ਤੇ ਗੱਲਬਾਤ ਹੋਈ। ਹਾਂਜੀ, ਹੁਣ ਕੀ ਕਹਿਣਾ ਚਾਹੁੰਦੇ ਜਿਹੜੇ ਹੋਰ ਲੋਕ ਇਸ ਧੰਦੇ ਵਿੱਚ ਪਏ? ਭਾਈ ਅੱਗੇ ਤੋਂ ਅਸੀਂ ਤਾਂ ਚੱਲ ਫਸ ਗਏ ਹਾਂ, ਥੋੜ੍ਹੇ 4 ਰੁਪਏ ਜ਼ਿਆਦਾ ਕਰਕੇ ਤੁਸੀਂ ਨਾ ਆਇਓ। ਪੜ੍ਹਿਆ ਲਿਖਿਆ ਕਿੰਨਾ ਪੜ੍ਹਿਆ? 8 ਰੁਪਏ। ਕਿੰਨੇ ਸਮੇਂ ਤੁਸੀਂ ਇਹ ਕੰਮ ਕਰਦੇ ਆ ਰਹੇ ਹੋ? ਅੱਜ ਕੀਤਾ, ਪਹਿਲੀ ਵਾਰੀ ਆ ਰਹੀ। ਕੀ ਕਾਰਨ, ਕੀ ਮਜਬੂਰੀ ਆ ਤੁਹਾਨੂੰ ਇਹ ਕੰਮ ਕਰਨ? ਗਰੀਬੀ ਵੀ ਹੈ। ਕਿੰਨੇ ਬੰਦੇ ਨਾਲ ਕਰ ਰਹੇ ਤੁਹਾਡੇ ਕੰਮ? ਇਕੱਲਾ ਹੀ। ਪਛਤਾਵਾ ਹੈਗਾ? ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਇਸ ਗਲਤ ਰਾਹ 'ਤੇ ਪਏ? ਠੀਕ ਹੈ ਜੀ, ਕੋਈ ਕਿਸਮਤ ਨਾ ਰਹੀ। ਪਹਿਲਾਂ ਕੀ ਕੰਮ ਕਰਦੇ ਹੋ ਤੁਸੀਂ? ਨਹੀਂ ਚੱਲਦਾ ਕੰਮ। ਲੱਗਿਆ ਹੈ ਤੀ ਆਪਣੇ ਮੇਨ ਰੋਡ, ਜਿਹੜੀ ਪਾਤਰਾਂ ਰੋਡ ਜਾਂਦੇ ਆ ਆਪਣੇ, ਉੱਥੇ ਅਸੀਂ ਮੋਟਰਸਾਈਕਲ 2 ਬੰਦੇ ਰੋਕ ਕੇ, ਇੱਕ ਦਾ ਨਾਮ ਸਰਬਜੀਤ ਸਿੰਘ ਆ, ਦੂਜਾ ਰਜਿੰਦਰ ਸਿੰਘ ਹੈ, ਕੈਥਲਾ ਦੇ ਰਹਿਣ ਵਾਲੇ ਨੇ ਇਹ। ਦੌਰਾਨ ਇਹਨਾਂ ਨੇ ਬੈਗ ਜਦੋਂ ਸਿੱਟਿਆ, ਬੈਗ ਦੇ ਵਿੱਚੋਂ ਤਕਰੀਬਨ 13,800 ਗੋਲੀ ਹੈ, 30 ਸ਼ੀਸ਼ੀਆਂ ਨੇ, ਨਸ਼ੀਲੀਆਂ ਸ਼ੀਸ਼ੀਆਂ ਨੇ, ਮਤਲਬ ਕਿ ਇਹ ਮਤਲਬ ਕਿ ਦਰਾਨੇ ਪੁੱਛ ਗਏ ਸੀ ਸਾਹਮਣੇ, ਇਹ ਵੀ ਦੂਜਾ ਗੇੜਾ ਲਾ ਕੇ ਚੱਲੇ ਤੇ ਅਤੇ ਇਹ ਮਤਲਬ ਕਿ ਇਹਨਾਂ ਦਾ ਤਰੀਕਾ ਵਾਰਦਾਤ ਇਹ ਹੈ, ਮਤਲਬ ਕਿ ਨਾ ਇਹਨਾਂ ਨੂੰ ਪਤਾ ਬੰਦਾ ਕੌਣ ਹੈ, ਸਿਰਫ ਟੈਲੀਫੋਨਾਂ ਦੀ ਗੱਲਾਂ ਹੁੰਦੀਆਂ ਨੇ, ਬੋਰਾ ਧਰ ਦੇਣਾ ਜੀ ਰੋਡ ਦੇ ਉੱਤੇ, ਉੱਥੇ ਦੂਜੇ ਨੇ ਚੱਕ ਲੈਣਾ, ਕਿਹਨੂੰ ਦੇ ਰਹੇ ਨੇ, ਕੌਣ ਆਇਆ ਕੌਣ ਨਾ, ਕੋਈ ਪਤਾ ਨਹੀਂ। ਫਿਰ ਵੀ ਅਸੀਂ ਇਹਨਾਂ ਨਾਲ ਅੱਜ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਨੂੰ ਹੋਰ ਡੰਗਾਈ ਨਾਲ ਪੁੱਛਗਿੱਛ ਕਰਾਂਗੇ ਵੀ ਸਪਲਾਈ ਕਿਹਨੂੰ ਕੀਤੀ ਜਾਏ। ਪਿੱਛੋਂ ਪ੍ਰਗਟ ਸਿੰਘ ਭੁੱਲ ਰਿਹਾ ਕੋਈ, ਉਹਨੂੰ ਗੁਰਪ੍ਰੀਤ ਵੀ ਕਹਿੰਦੇ ਨੇ ਕੈਥਲ ਦਾ ਰਹਿਣ ਵਾਲਾ, ਜਿਹੜਾ ਪਿੱਛੋਂ ਸਪਲਾਈ ਕਰ ਰਿਹਾ ਸੀ, ਉਹਨੂੰ ਵੀ ਅਸੀਂ ਮੁਕੱਦਮੇ 'ਚ ਨਾਮਜ਼ਦ ਕੀਤਾ ਜੀ। ਨਹੀਂ, ਸਾਡੇ ਕੋਲ ਪਹਿਲੀ ਦਰਜ ਹੋਇਆ ਜੀ, ਪਹਿਲੀ ਵਾਰੀ ਸਾਡੇ ਕੋਲ ਫਸੇ ਨੇ, ਕਹਿੰਦੇ ਮਿਸਤਰੀ ਦਾ ਕੰਮ ਕਰਦੇ ਹਾਂ ਅਸੀਂ, ਅਤੇ ਪਿੱਛੋਂ ਵਾਲੇ ਦੇਖਦੇ ਹਾਂ ਜਿਹੜਾ ਪ੍ਰਗਟ ਸਿੰਘ ਭੁੱਲ ਰਿਹਾ ਕੈਥਲ ਦਾ, ਉਹ ਕਿਹੜੇ ਕੀ ਦਾ ਹੈ, ਕਿਵੇਂ ਸਪਲਾਈ ਕਰਦਾ, ਉਹ ਸਪਲਾਈ ਕਰ ਰਿਹਾ ਸੀ। ਗੋਲੀਆਂ ਤੋਂ ਇਲਾਵਾ ਕੁਛ ਹੋਰ ਵੀ ਬਰਾਮਦ ਹੋਇਆ? ਨਹੀਂ, ਇਹਨਾਂ ਤੋਂ ਹੋਰ ਕੁਛ ਨਹੀਂ ਜੀ, ਗੋਲੀਆਂ ਨੇ ਨਸ਼ੀਲੀਆਂ ਸ਼ੀਸ਼ੀਆਂ ਨੇ, ਗੋਲੀਆਂ ਵੀ 3 ਟਾਈਪ ਦੀਆਂ ਹੈਗੀਆਂ ਨੇ, ਟਰਾਮਾਡੋਲ ਹੈ ਅਤੇ ਇੱਕ ਅਲਟ੍ਰੈਕਸ ਹੈ, ਠੀਕ ਹੈ, ਸ਼ੀਸ਼ੀਆਂ ਵੀ 2 ਟਾਈਪ ਦੀਆਂ ਹੈਗੀਆਂ। ਦਿੜਬਾ ਤੋਂ ਜਗਤਾਰ ਬਾਵਾ ਦੀ ਰਿਪੋਰਟ। ಫ್ರೀ ಸೇವಾ, ಫ್ರೀ ಸಮಾಧಾನ.
ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰਜੀਤ ਸਿੰਘ ਜੀ, ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ, ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ, ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ, ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ, ਅਸ਼ਟਾਮ ਪੇਪਰ ਤੇ ਲਿਖ ਕੇ ਲਵੋ, ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾ ਤੋੜਨਾ, ਲਵ ਮੈਰਿਜ, ਲਾਟਰੀ ਨੰਬਰ, ਪੀਆਰ ਪ੍ਰੋਬਲਮ, ਸੌਤਨ ਜਾ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484896।